guys, what's up? Welcome to my YouTube channel. I am Sidhu Gussewala, back again with a new video. तो दोस्तों, आपका मेरे चैनल में बहुत-बहुत स्वागत है और without wasting time, let's get started a new video जो कि बहुत ही कॉमेडी होने वाली है, आपको बहुत ही मजा आएगा. तो लास्ट तक जरूर देखना वीडियो को. तो चलिए स्टार्ट करते हैं सिद्धू गुस्सेवाला पार्ट 5 जो कि मिस्टर परम की वीडियो है. तो चलिए स्टार्ट करते हैं. लॉकडाउन की शुरू होया साढ़े सिर तो और मुसीबत पै गई. सारा दिन काम नहीं खत्म होने आता. मम्मी कदी ए बना दे कदी वह बना दे. सारा दिन काम कर. शोर कौन मचा रहा है? कौन मचा रहा है? ਉਹ ਸਕਸੈਸ ਰਹਿੰਦੀ ਸ਼ਹਿਰ ਵਿੱਚ ਸ਼ੋਰ ਕਰਦੀ ਸਾਡਾ ਤੋਪ ਤੇ ਪੰਤੂਖਾ ਦਾ ਟੋਪ ਬਲੀਏ. ਤਾਂ ਦੋਸਤੋ, ਸਟਾਰਟਿੰਗ ਮੇਂ ਹੀ ਪੰਜਾਬੀਓ ਕੇ ਲਕਸ਼ਣ ਦਿਖਣ ਲੱਗੇ ਹੈ. ਤਾਂ ਚਲੋ ਆਗੇ ਦੇਖੋ, ਸ਼ੁਰੂਆਤ ਸੇ ਹੀ ਫਨੀ ਹੈ ਤਾਂ ਆਗੇ ਜਾ ਕੇ ਕਿਤਨੀ ਫਨੀ ਹੋਗੀ ਆਗੇ ਦੇਖੀ. ਅੱਛਾ, ਇਹ ਸਿੱਧੂ ਹੈਗਾ ਬਾਥਰੂਮ ਵਿੱਚ? ਸਿੱਧੂ ਕੀ ਗੱਲ ਹੈ, ਨਾ ਸ਼ੋਰ ਕਿਉਂ ਮਚਾਇਆ ਹੋਇਆ ਤੂੰ? ਯਾਰ ਮੰਮੀ, ਤੁਹਾਨੂੰ ਪਤਾ ਤਾਂ ਹੈ ਕਿ ਮੈਂ ਮਹੀਨੇ ਤੇ ਚਾਰ ਗੀਤ ਸੱਟਣਾ, ਪਰ ਇਹ ਨਹੀਂ ਸਿੱਟ ਪਾਉਂਦਾ ਸੀ ਯਾਰ, ਕਿਉਂਕਿ ਮੈਨੂੰ ਕਬਜ ਹੋਈ ਪਈ ਸੀ. ਪਰ ਹੁਣ ਤਾਂ ਵੇਲਾ ਤੇ ਅੱਜ ਪਾਲ ਪਾਲ ਸੱਟਣੀ ਆ ਗੁੱਸੇ ਵਾਲੇ ਨੇ. ਤੇ ਆਰਾਮ ਨਾਲ ਕਰਨਾ, ਇਹਨਾਂ ਰੋਲਾ ਕਿਉਂ ਪਾਇਆ ਹੋਇਆ ਤੂੰ? ਯਾਰ ਕਬਜ ਹੋਈ ਪਈ ਸੀ ਨਾ, ਤੇ ਸਾਰੀ ਪੁਰਾਣੀ ਟੱਟੀ ਅੱਜ ਨਿਕਲ ਰਹੀ ਹੈ. ਤੇ ਫਿਰ ਯਾਰ ਓਲਡ ਸਟੂਲ ਕਢਾਉਂਦਾ ਹੈਗਾ ਚੀਕਾ ਮੰਮੀ, ਇਹ ਨਹੀਂ ਓਲਡ ਸਟੂਲ. ਚੱਲ ਹੁਣ ਹੋ ਗਈ ਤਾਂ ਫਿਰ ਜਲਦੀ ਬਾਹਰ ਆ ਜਾ. ਓ ਯਾਰ ਮੁੱਕੀ ਨਹੀਂ ਆ, ਸੁਣ. ਘਰੇ ਬਹਿ ਕੇ ਮਾਰੀ ਦੇ ਰਹੇ ਮੱਛਰ. ਰਾਮਜਾ ਦੇ ਦੇਖ ਕੇ ਗੋਲੀ ਚਲਾਇਆ ਕਰ, ਥਾਲੀ ਦੀ ਸੀਟੀ ਬਣਾਤੀ ਹੈ ਤੂੰ, ਚੱਲ ਵਿਹਲਾ ਬੈਠਾ ਰਹਿੰਦਾ. ਸਬਜ਼ੀ ਬਣਾਉਣੀ ਹੈ, 1 ਕਿਲੋ ਪਿਆਜ਼ ਲੈ ਕੇ ਆ. ਉਹ ਮੰਮੀ ਤੂੰ ਗੱਲਾਂ ਕਰਦੀ, ਘੇੜੀਆਂ ਥਲੇ ਪੌਦ ਸਮਾਰਦੀ ਆ, ਘੇੜੀਆਂ ਮੈਂ ਨਹੀਂ ਜਾਣਾ ਹੁਣ ਬਾਹਰ ਕੁਲੇ. ਥੱਲੇ ਤਾਂ ਲੈ ਕੇ ਆਣੀ ਹੈ, ਕੋਈ ਕੁਝ ਨਹੀਂ ਕਹਿੰਦਾ, ਫਿਰ ਮੈਂ ਸਬਜ਼ੀ ਕਿਵੇਂ ਬਣਾਵਾਂ? ਜਾ ਲੈ ਕੇ ਆ ਤੂੰ. ਉਹ ਯਾਰ ਵੱਡੇ ਤਾਮੇ ਜਾਮੇ ਹੈ ਨਹੀਂ, ਅੱਗੇ ਪਿੱਛੇ ਮਾਮੇ ਹੈ ਨਹੀਂ, ਲੋਕਾਂ ਦੀ ਉਹ ਟੋਈ ਰਹੇ ਨੇ ਤੋੜ ਮੰਮੀ ਇਹ. ਜੇ ਨਹੀਂ ਲੈ ਕੇ ਆਇਆ ਨਾ, ਮੈਂ ਤੇਰੀ ਟੋਈ ਤੋੜ ਦਾਂਗੀ. ਅੱਛਾ ਫਿਰ ਰੁਕੋ ਇੱਕ ਮਿੰਟ. ਭੁੱਲ ਜੋ ਤੁਸੀਂ, ਭੁੱਲ ਜੋ. ਜ਼ਖਮੀ ਸ਼ਰੀਰ ਲੈ ਕੇ ਲੌਟੇ ਵਾਪਸ, ਹੱਥ ਮੇਂ ਨੋਟ ਲੈ ਕੇ ਚਲੇ ਥੇ ਪਿਆਜ਼ ਲੈਣੇ. ਮੰਮੀ ਮੈਂ ਪੀਵੀਐਕਸ ਵੱਲ ਲਾ ਕੇ ਗਿਆ ਸੀ, ਫਿਰ ਵੀ ਉਹਨਾਂ ਨੇ ਮੇਰਾ 9-11 ਤੋੜਤਾ. ਇਹ ਕੀ ਹੋਈ? 1 ਕਿਲੋ ਲੈ ਕੇ ਆ ਗਿਆ ਪਿਆਜ਼ ਗੱਭਰੂ, ਪਰ ਮਾਮਿਆਂ ਨੇ ਡੰਡੇ ਦਾ ਮਸਾਜ ਕਰਤੀ. ਲੱਤ ਚੱਲਦੀ ਨਾ ਪਾਰ, ਲੱਤ ਚੱਲਦੀ ਨਾ ਪਾਰ. ਹੈਲੋ, ਹਾਂ ਗੁੱਡ ਮਾਰਨਿੰਗ. ਉਹ ਯਾਰ ਮੈਂ ਤਾਂ ਇੰਨਾ ਬੋਰ ਹੋ ਰਿਹਾ ਨਾ ਕਿ ਮੈਂ ਇਹ ਵੀ ਗਿਣ ਲਿਆ ਕਿ ਮੈਂ ਆਪਣੇ ਸਾਰੇ ਗਾਣਿਆਂ 'ਚ ਆਓ 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 ਟੋਟਲ 102.75 ਵਾਰੀ ਬੋਲਿਆ. ਉਹ ਯਾਰ ਓਲਡ ਸਕੂਲ 'ਚ ਹਾਓ 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 ਇੱਕ ਪੂਰਾ ਨਹੀਂ ਬੋਲਿਆ ਗਿਆ ਸੀ ਨਾ, ਤਾਂ ਕਰਕੇ. ਉਹ ਨਹੀਂ ਯਾਰ, ਕਾਲੀ ਰੇਂਜ ਕੋਲ ਤਾਂ ਮੈਂ ਹੁਣ ਜਾਂਦਾ ਹੀ ਨਹੀਂ ਯਾਰ, ਮੈਨੂੰ ਲੱਗਦਾ ਉਹਨੂੰ ਕਰੋਨਾ ਹੋ ਗਿਆ, ਕਿਉਂਕਿ ਕਾਲੀ ਰੇਂਜ ਮਾਰੇ ਛਿੱਕਾਂ ਵੱਲੀ ਇਹ ਨਹੀਂ. ਜੇ ਤੂੰ ਕਰੋਨਾ ਦਾ ਟੈਸਟ ਕਰਾਉਣਾ ਹੋਇਆ ਨਾ ਤਾਂ ਮੇਰੇ ਕੋਲ ਆ ਜਾਈ, ਮੈਂ ਦੇਖ ਕੇ ਦੱਸ ਦਾਂਗਾ ਤੈਨੂੰ ਕਰੋਨਾ ਆਇਆ ਕਿ ਨਹੀਂ, ਕਿਉਂਕਿ ਬੰਦਿਆਂ ਨੂੰ ਅੱਖਾਂ ਨਾਲ ਸਕੈਨ ਕਰੀ ਜਾ. ਉਹ ਨਾਮ ਦਾ ਤਾਂ ਕੀ ਦੱਸਾਂ, ਅਜੇ ਬਸ ਗੀਜ਼ਰ ਚਲਾਇਆ ਮਿੱਠੀ ਆਏ ਵੈਸੇ ਨਾਲ ਮੇਰਾ ਨਹੀਂ ਕਰਦਾ. ਸਿਹਤ ਤਾਂ ਯਾਰ ਬਹੁਤ ਮਾੜੀ ਹੋ ਗਈ ਹੈ, ਕਿਉਂਕਿ ਘਰੇ ਬੈਠੇ ਰਹਿੰਦੇ, ਨਿੱਤ ਕੋਲੇ ਨਹੀਂ ਮੇਰਾ ਮੋਟਾ ਹੋ ਗਿਆ, ਢਿੱਡ ਕੋਲੇ ਬਾਹਰ ਜਾ ਨਹੀਂ ਸਕਦੇ ਸਹਿਰਾਂ ਤੇ. ਸਿਹਤ ਭਾਵੇਂ ਮਾੜੀ ਹੋ ਗਈ ਹੈ ਪਰ ਮੈਂ ਅਜੇ ਵੀ ਦਿਲ ਦਾ ਨਹੀਂ ਮਾੜਾ, ਪਰ ਯਾਰ ਐਵੇਂ ਹੀ ਹੈ, ਉੱਠ ਕੇ ਖਾਣਾ ਖਾਂਦੇ ਹਾਂ, ਦੁਬਾਰਾ ਸੋ ਜਾਂਦੇ ਹਾਂ, ਸਾਡਾ ਐਵੇਂ ਹੀ ਚੱਲਦਾ ਕੁਆਰੰਟਾਈਨ ਅੱਲੜੇ. ਚਲ ਓਕੇ ਯਾਰ, ਗਨ ਬਾਏ ਗਨ ਬਾਏ. ਤਾਸ ਚੋ ਜੋ ਹੁਕਮ ਦਾ ਯਾਕਾ ਕਰਦਾ ਹੈ, ਤੁਹਾਨੂੰ ਪਤਾ ਤੇ ਨਿੱਕੇ ਮੇਰੇ ਕੋਲ ਕਿਉਂ ਆਏ ਨੇ? ਕਿਉਂ? ਕਿਉਂਕਿ ਤਿੰਨ ਏ ਦਾ ਮਤਲਬ ਆਓ ਆਓ ਆਓ, ਹੁਣ ਤੁਸੀਂ ਆਪਣੇ ਪੱਤੇ ਕਰੋ, ਛਾਓ ਛਾਓ ਛਾਓ. ਬਿਗ ਬਰਡ ਦ ਕਿੰਗ, ਯੇ
big bird. गान फड़ाओ जल्दी. जो क्यों हो गया? ओ यार जल्दी गान फड़ाओ जल्दी. दुखी पागल तेन हो गया भैन चो कर की रे तू आओ दुखी तिक्की पूरी ठोक ठोक रख दा बोल क्यों ठोक रहा है दुखी तिक्की आओ नाम लैके ठोक दा यत सिद्धू गुस्से आला अच्छा ये गल है गालियां गुस्से आला तुसी मेरा नाम क्यों लै रहे हो क्योंकि हुन मैं तेनू ठोकन आला हाय गाइस उम्मीद करता हूँ कि आप सब अपने घर पे होंगे और लास्ट में गली मस्जिद मेरी वीडियो एंजॉय कर रहे हो गाइस अगर आपको मेरी वीडियो पसंद आई है तो लाइक कर दो और अपने सारे फ्रेंड्स के साथ शेयर कर दो और जल्दी से जाके अपने बढ़िया बढ़िया कमेंट्स दे दो और जिसने चैनल को सब्सक्राइब नहीं कर रखा वो चैनल को सब्सक्राइब कर दो और हाँ गाइस मैंने अपना इंस्टाग्राम हैंडल भी दे दिया है मुझे वहाँ पे जाके भी जरूर फॉलो करो क्योंकि मैं वहाँ पे भी छोटी छोटी वीडियोस अपलोड करता रहता हूँ तो गाइस जल्दी से जाके मुझे इंस्टा पे भी फॉलो करो मिलते हैं नेक्स्ट वीडियो के साथ तब तक के लिए टेक केयर लेकिन आप जरूर बताइएगा आपको फेवरेट पार्ट कौन सा लगा अंकल जी के गाली कैसे लगी और सिद्धू गुस्से वाले के गाने कैसे लगे आप भी प्याज लेने के बजाय टैटू मच छपवा के आ जाना पीठ पे क्योंकि फ्री ऑफ कॉस्ट सेवा कर रही है सरकार अभी तो पुलिस वाले और वीडियो को लास्ट तक देखने के लिए बहुत बहुत शुक्रिया तब तक के लिए टेक केयर और अगली वीडियो मैं किस पे बनाऊँ आप कमेंट करके जरूर बता देना क्योंकि मैं ऐसे बनाता रहता हूँ अगर कोई भी मुझे कहता है तो अगली वीडियो में जल्दी मिलेंगे तब तक के लिए टेक केयर ऑलवेज योर वेल विशर्स साइल वर्मा साइनिंग ऑफ बाय बाय.